ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਬੜੇ ਸ਼ਾਰਟ ਨੋਟਿਸ 'ਤੇ ਅੱਜ ਇੱਥੇ ਆਏ ਹੋ ਅਤੇ ਅਸੀਂ ਮੇਰਾ ਗਲਾ ਜਿਹਾ ਵੀ ਖਰਾਬ ਸੁਣੋ ਅਸੀਂ ਪਿਛਲੇ ਤਕਰੀਬਨ ਸੈਸ਼ਨ ਤੋਂ ਇੱਕ ਦਿਨ ਪਹਿਲਾਂ 11 ਤਰੀਕ ਨੂੰ ਸਪੀਕਰ ਸਾਹਿਬ ਨੂੰ ਸਾਰੇ ਵਿਧਾਇਕ ਮਿਲੇ ਸੀ ਉਹਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਸੈਸ਼ਨ ਦਾ ਸਮਾਂ ਹੈ ਉਹ ਘੱਟੋ ਘੱਟ 3 ਹਫ਼ਤੇ ਮਤਲਬ 15 ਸਿਟਿੰਗਸ ਜਿਹੜੀਆਂ ਹੋਣੀਆਂ ਚਾਹੀਦੀਆਂ ਅਤੇ ਉਹ ਬੇਨਤੀ ਅਸੀਂ ਲੈ ਕੇ ਗਏ ਸੀ ਕਿਉਂਕਿ ਸਾਨੂੰ ਖਦਸ਼ਾ ਸੀ ਕਿ ਇਹ ਜਿਹੜਾ ਸੈਸ਼ਨ ਹੈ ਬਹੁਤ ਛੋਟਾ ਰੱਖਣ ਦੀ ਇਹਨਾਂ ਦੀ ਕੋਸ਼ਿਸ਼ ਹੈ ਵੀ ਇਹ ਮਿਨੀਮਮ ਜਿਹੜਾ ਸੈਸ਼ਨ ਦਾ ਡਿਊਰੇਸ਼ਨ ਰੱਖੀ ਜਾਵੇ ਉਹੀ ਖਦਸ਼ਾ ਸਾਡਾ ਜਿਹੜਾ ਸੱਚ ਹੋ ਗਿਆ ਅਤੇ ਸਿਰਫ 8 ਦਿਨ ਦਾ ਸੈਸ਼ਨ ਹੈ ਕੁੱਲ ਜਿਹੜਾ ਹੈ ਸੈਸ਼ਨ ਦਾ ਸਮਾਂ 8 ਦਿਨ ਦਾ ਹੈ ਇੰਨਾ ਛੋਟਾ ਬਜਟ ਸੈਸ਼ਨ ਅੱਜ ਤੱਕ ਕਦੇ ਨਹੀਂ ਹੋਇਆ ਕਿਉਂ ਕਿਉਂਕਿ ਸਿਰਫ ਉਹ ਸਾਲਾਂ ਦੇ ਵਿੱਚ ਸੈਸ਼ਨ ਛੋਟੇ ਰਹੇ ਹੈ ਜਿੱਥੇ ਵੋਟਰ ਅਕਾਊਂਟ ਹੁੰਦਾ ਸੀ ਇੱਕ ਤਾਂ ਜਿਹੜਾ ਇਲੈਕਸ਼ਨ ਈਅਰ ਦੋਨੇ ਇਲੈਕਸ਼ਨ ਈਅਰ 'ਚ ਆਮ ਤੌਰ 'ਤੇ ਸਟੇਟ ਗਵਰਨਮੈਂਟ ਵੋਟਰ ਅਕਾਊਂਟ ਕਰਦੀ ਹੈ ਉਹ ਸੈਸ਼ਨ ਤਾਂ ਹੋ ਸਕਦਾ ਛੋਟਾ ਹੋਵੇ ਉਸ ਸਾਲ 'ਚ 3 ਸੈਸ਼ਨ ਹੋ ਜਾਂਦੇ ਸੀ ਪਰ ਜਿੱਥੇ ਫੁੱਲ ਬਜਟ ਪੇਸ਼ ਹੁੰਦਾ ਉਹ ਇੰਨਾ ਛੋਟਾ ਸੈਸ਼ਨ ਨਹੀਂ ਸਾਨੂੰ ਸਪੀਕਰ ਸਾਹਿਬ ਨੇ ਪੁੱਛਿਆ ਵੀ ਕਹਿੰਦੇ ਤੁਸੀਂ ਦੱਸੋ ਤੁਹਾਡੇ ਵੇਲੇ ਕਿੰਨੇ ਹੁੰਦੀਆਂ ਰਹੀਆਂ ਸਿਟਿੰਗਸ ਮੈਂ ਉਹਨੂੰ ਰਿਕਾਰਡ ਕਢਾ ਕੇ ਦਿਖਾਇਆ ਮੈਂ ਕਿਹਾ ਜੀ 2007 ਦੇ ਵਿੱਚ ਸਾਡੀ ਵੋਟਰ ਅਕਾਊਂਟ ਸੀ 2008 'ਚ ਸਾਡਾ 13 ਦਿਨ ਦਾ ਬਜਟ ਸੈਸ਼ਨ ਹੋਇਆ 2009 'ਚ ਫਿਰ ਵੋਟਰ ਅਕਾਊਂਟ ਸੀ ਕਿਉਂਕਿ ਇਲੈਕਸ਼ਨਾਂ ਸੀ ਅਤੇ 2010 ਦੇ ਵਿੱਚ ਫਿਰ ਸਾਡਾ 14 ਦਿਨ ਦਾ ਬਜਟ ਸੈਸ਼ਨ ਹੋਇਆ ਤੁਸੀਂ ਜਿਹੜਾ ਸਾਨੂੰ ਕਹਿੰਦੇ ਸੀ ਵੀ ਤੁਸੀਂ ਛੋਟਾ ਕਰਦੇ ਰਿਕਾਰਡ ਤੁਹਾਡੇ ਸਾਹਮਣੇ ਹੈ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਮੈਨੂੰ ਦੁੱਖ ਦੀ ਗੱਲ ਇਹ ਵੀ ਕਹਿਣਾ ਪੈਂਦਾ ਵੀ ਆਮ ਆਦਮੀ ਪਾਰਟੀ ਵੀ ਉਹਨਾਂ ਨਾਲ ਰਲੀ ਹੋਈ ਹੈ ਕਿਉਂਕਿ BSE ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਵੀ ਮੈਂ ਜਿਹੜੇ ਲੀਡਰ ਆਪੋਜੀਸ਼ਨ ਨੂੰ ਵੀ ਕਈ ਵਾਰ ਬੇਨਤੀ ਕੀਤੀ ਵੀ ਆਪਾਂ ਨੂੰ ਇਕੱਠੇ ਹੋ ਕੇ ਇਸ ਚੀਜ਼ ਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਸੈਸ਼ਨ ਵੱਧ ਤੋਂ ਵੱਧ ਹੋਣਾ ਚਾਹੀਦਾ ਘੱਟੋ ਘੱਟ 2 ਦਿਨ ਤਾਂ ਹੋਰ ਵਧੇ ਪਰ ਉਹਨਾਂ ਨੇ ਕੋਈ ਇਸ ਗੱਲ 'ਤੇ ਹਾਮੀ ਨਹੀਂ ਭਰੀ ਨਾ ਹੀ ਉੱਥੇ ਕੋਈ ਇਸ ਗੱਲ ਦਾ ਮੁੱਦਾ ਉਠਾਇਆ ਸੋ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਨਹੀਂ ਤਾਂ ਆਪੋਜੀਸ਼ਨ ਹਮੇਸ਼ਾ ਲੜਦੀ ਹੈ ਵੀ ਸੈਸ਼ਨ ਵੱਡਾ ਹੋਵੇ ਪਰ ਇੱਥੇ ਆਪੋਜੀਸ਼ਨ ਵੱਲੋਂ ਵੀ ਦੋਨੇ ਰਲ ਕੇ ਉਹਨਾਂ ਦੀ ਇਹ ਹੈ ਵੀ ਇਹ ਜਿਹੜਾ ਸੈਸ਼ਨ ਨੂੰ ਜਿੰਨਾ ਘੱਟੋ ਘੱਟ ਕਰ ਸਕਦੇ ਉਨਾ ਕਰ ਜਾਵੇ ਆਖਿਰ ਦੇ ਵਿੱਚ ਦੇਖੋ ਜੋ MLA ਚੁਣੇ ਹੋਏ ਨੇ ਖਾਸ ਤੌਰ 'ਤੇ ਆਪੋਜੀਸ਼ਨ ਦੇ MLA ਉਹਨਾਂ ਵਾਸਤੇ ਤਾਂ ਇਹੀ ਸਮਾਂ ਹੁੰਦਾ ਆਪਦੀਆਂ ਗੱਲਾਂ ਰੱਖਣ ਦਾ ਆਪਦੇ ਇਲਾਕੇ ਦੀਆਂ ਗੱਲਾਂ ਰੱਖਣ ਦਾ ਲੋਕਾਂ ਦੀਆਂ ਮੁਸ਼ਕਲਾਂ ਰੱਖਣ ਦਾ ਜਿਹੜੇ ਰੂਲਿੰਗ ਪਾਰਟੀ ਦੇ MLA ਹੈ ਉਹਦਾ ਜਦ ਮਰਜ਼ੀ ਸਰਕਾਰ ਤੱਕ ਪਹੁੰਚ ਕਰਕੇ ਆਪਦੀ ਗੱਲ ਮਨਵਾ ਲੈਂਦੇ ਆ ਆਪਦੀਆਂ ਜਿਹੜੀਆਂ ਡਿਮਾਂਡਸ ਪੂਰੀਆਂ ਕਰ ਲੈਂਦੇ ਆ ਪਰ ਆਪੋਜੀਸ਼ਨ ਦਾ ਕਿਉਂਕਿ ਇਹ ਅਸਲ ਦੇ ਵਿੱਚ ਜਿਹੜਾ ਸੈਸ਼ਨ ਹੁੰਦੇ ਨੇ ਇਹਦੇ ਵਿੱਚ ਜ਼ਿਆਦਾ ਆਪੋਜੀਸ਼ਨ ਵਾਸਤੇ ਹੀ ਹੁੰਦੇ ਨੇ ਆਪੋਜੀਸ਼ਨ ਦੀ ਜਿਹੜੀ ਹੈ ਨੂੰ ਨਾਲ ਲੈ ਕੇ ਇਹ ਸੈਸ਼ਨ ਰੱਖਣੇ ਉਹ ਵੀ ਦੇਖੋ ਕੋਈ ਅੱਜ ਸਮਾਂ ਨੇ ਜਾਂ ਪੁੱਛਦੇ ਹੀ ਨਹੀਂ ਆਪੋਜੀਸ਼ਨ ਦੀ ਰਾਏ ਨਹੀਂ ਲੈਂਦੇ ਵੀ ਕਿੰਨੇ ਦਿਨ ਦਾ ਸੈਸ਼ਨ ਹੋਣਾ ਚਾਹੀਦਾ BSE 'ਚ ਬਰੂਟ ਮੈਜੋਰਿਟੀ ਕਿਉਂਕਿ ਉਹਨਾਂ ਦੇ ਮੈਂਬਰ ਜ਼ਿਆਦਾ ਨੇ ਧੱਕੇ ਦੇ ਨਾਲ ਜਿਹੜਾ ਹੈ ਉਹ ਪਾਸ ਕਰਾ ਕੇ ਸੈਸ਼ਨ ਨੂੰ ਕੰਟੇਲ ਕਰਨ 'ਤੇ ਲੱਗੀ ਹੈ ਇਸ ਤੋਂ ਵਧੀਆ ਤਾਂ ਫਿਰ ਮੈਨੂੰ ਲੱਗਦਾ ਕੁਛ ਕਰਵਾਉਣ ਦੀ ਲੋੜ ਹੀ ਨਹੀਂ ਆਪਦਾ ਸਪੀਚ ਦੇ ਕੇ ਪਾਸ ਕਰਾ ਲਏ ਕਰਨ ਬਹਿਸ ਕਰਵਾਉਣ ਦੀ ਵੀ ਇੱਕ ਦਿਨ ਦੀ ਜਿਹੜੀ ਫੋਰਮੈਲਿਟੀ ਉਹ ਵੀ ਕਰਨ ਦੀ ਲੋੜ ਨਹੀਂ ਸਰਕਾਰ ਸਿੱਧਾ ਆਪਦਾ ਬਜਟ ਰੱਖੇ ਗਵਰਨਰ ਡਰੈਸ ਰੱਖੇ ਅਤੇ ਕਹੇ ਜੀ ਇਹ ਪਾਸ ਹੋ ਗਏ ਅਤੇ ਅਸੀਂ ਜਿਹੜਾ ਹੈ ਛੁੱਟੀ ਕਰਦੇ ਹਾਂ ਜਿਹੜੇ ਇੰਨੇ ਦਿਨ ਖਰਾਬ ਕਰਦੇ ਉਹ ਵੀ ਫਿਰ ਕਾਹਨੂੰ ਖਰਾਬ ਕਰਨ ਦੀ ਲੋੜ ਹੈ ਸੋ ਇਹ ਅਸੀਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਹਦਾ ਪੂਰਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਵੀ ਕੀਤਾ ਅਤੇ ਇਹ ਜਿਸ ਤਰ੍ਹਾਂ ਦਾ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਪਹਿਲਾਂ ਟੀਚਰਾਂ ਨਾਲ ਹੋਇਆ ਆਹ ਹੁਣ ਦੇਖੋ ਜੇ ਵਿਧਾਨ ਸਭਾ ਦੇ ਵਿੱਚ ਹੀ ਆਪੋਜੀਸ਼ਨ ਨਾਲ ਜਿਹੜਾ ਧੱਕਾ ਹੋ ਰਿਹਾ ਇਹ ਸੈਸ਼ਨ ਕੰਟੇਲ ਕਰਕੇ ਮੈਂ ਸਮਝਦਾ ਇਹ ਇੱਕ ਡੈਮੋਕ੍ਰੇਸੀ ਵਾਸਤੇ ਅੱਜ ਬੜਾ ਦੁੱਖ ਭਰਿਆ ਦਿਨ ਇਹਦੇ 'ਚ ਇੱਕ ਹੋਰ ਐਡੀਸ਼ਨ ਹੈ ਜੀ ਟੂ ਵਾਟ ਪਰਮਿੰਦਰ ਜੀ ਹੈ ਸੈਡ ਤੁਸੀਂ ਵੇਖੋ ਇੱਕ ਡੈਮੋਕ੍ਰੇਸੀ 'ਚ ਜਾਂ ਲੈਜਿਸਲੇਚਰ 'ਚ ਆਪੋਜੀਸ਼ਨ ਦਾ ਰੋਲ ਬੜਾ ਅਹਿਮ ਮੰਨਿਆ ਜਾਂਦਾ ਮਗਰ ਜਦੋਂ BSE ਦੀ ਕਿੰਨੇ ਚਿਰ ਦੀ ਸਿਟਿੰਗ ਹੋਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਸਪੀਕਰ ਸਾਹਿਬ ਦੇ ਕਮਰੇ 'ਚ ਵੀ ਉਹਦੇ ਅੱਗੇ ਅਸੀਂ ਕਿਹਾ ਕਿ ਇਹਨੂੰ ਵਧਾਇਆ ਜਾਵੇ ਪਹਿਲਾਂ ਚਿੱਠੀ ਲਿਖ ਕੇ ਵੀ ਦਿੱਤੀ ਅੱਜ ਜਦ ਵੋਟਿੰਗ ਹੋਈ ਆਮ ਆਦਮੀ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਉਸ ਮਾਮਲੇ 'ਚ ਚੁੱਪ ਰਹੇ ਇੰਨਾ ਰਲ ਮਿਲ ਕੇ ਖੇਡ ਖੇਡੀ ਜਾ ਰਹੀ ਹੈ ਕਿ ਆਪੋਜੀਸ਼ਨ ਦਾ ਲੀਡਰ ਅਨਓਫਿਸ਼ਲੀ ਮਤਲਬ ਪਹਿਲਾਂ ਤਾਂ ਅਨਓਫਿਸ਼ਲੀ ਕਹਿ ਸਕਦਾ ਹੁੰਦਾ ਓਫਿਸ਼ਲੀ ਕਹਿ ਦਿਓ
कि वह कांग्रेस नाल ही रल गया एंड वड्डा कारण इक्को ही है क्योंकि जे आम आदमी पार्टी रल के नहीं खेडूगी तो इन्हां दे सत मैंबर वो सारी पावर स्पीकर साहब को लै कि सवेरे उन्होंने डिसक्वालीफाई कर दी ते सारे जेड़े आ इन्हां दे मैंबर है भावें वह आप दे आ भावें वह रबैल है या जेड़े अस्तीफा दे गए है आई थिंक नथिंग इज अबव द कॉन्स्टिट्यूशन या तो सानू सारयां नू अनएजुकेटेड आ समझ नहीं आ रही कि जा तो दस दिन कि जेड़े अस्तीफा दे जाते हैं प्राइमरी मैंबरशिप अपनी पार्टी की छड़ जाते हैं उन्होंने पंजाब के स्टेट एक्सचेकर चो घर की फैसिलिटी गड्डी की फैसिलिटी तनखा की फैसिलिटी सिक्योरिटी की फैसिलिटी करोड़ों रुपया उते खर्च हो रहा मैं अज पूछना चाहना दैट हू विल बेयर दिस एक्सपेंस ये जिहड़ी फैसिलिटीज मिल रही हू विल बेयर दिस एक्सपेंस एवेंचुअली एंड इन्हां दे इस्तीफे प्रवान क्यों नहीं हो रहे क्योंकि 10th शेड्यूल कॉन्स्टिट्यूशन का बड़ा क्लीयर है जिदे च कहिंदे कि जे कोई आपकी प्राइमरी मैंबरशिप तो इस्तीफा दे जे ही सीजेस टू बी अ मैंबर मगर तुसी अंदर वेख लिया आपकी सदस्यता बचाने लई सारी कांग्रेस नाल रल मिल के खेडां चल रही ऑपोजिशन का काम है लीडर ऑफ ऑपोजिशन का सरकार की कमी पेशियां पंजाब के लोगों के मुद्दों उजागर करना उन्होंने लड़ाई लड़नी तो सब तो पहली लड़ाई तो असी सैशन लम्मा हो भी कॉम्प्रोमाइज क्योंकि पता है कि जे मैं माड़ा जहा बोलिया नहीं वो सत्त अड कर देने लीडर ऑफ ऑपोजिशन की कुर्सी चली जानी है तो फिर असी तो कुछ करन जोगे नहीं रह जाएंगे ये हालात बन गए है पंजाब हाँ जी सिर्फ कुर्सी बचाने लई पंजाब दे दलता दे मुद्दे पंजाब दे टीचरां दे मुद्दे पंजाब दे किसान दे मुद्दे पंजाब दे नौजवान दे मुद्दे पंजाब दे व्यापारी दे मुद्दे बिजली दे वधे बिलां दे मुद्दे सारी गल ते उह सरेंडर करती है ते तुसी वेख ही लिया होना आई थिंक इन्ने स्पोक्समैन कांग्रेस दे एक्टिव नहीं जिन्ना उन्हां वास्ते केजरीवाल साहब की सारी पार्टी ते वो दूजे जेड़े अड होए आ वो एक्टिव होए खड़े आ जस्ट टू सेव देयर मैंबरशिप कोई नैतिकता नहीं रहेगी कोई कॉन्स्टिट्यूशन का रिस्पैक्ट नहीं रह गया सारी उत्थे ऑपोजिशन का रोल ही लीडर ऑफ ऑपोजिशन हुण तां मैनूं लगदा सवेरे इंस्ट्रक्शन आ जांदियां ने फ्रॉम चीफ मिनिस्टर कि दिस 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 फॉर द डे सपोर्ट दिस एंड दे आर उस तरह अंदर काम चल रहे सो ये हालात नूं तुहाडे कोल लै के आए हैं दैट कॉन्स्टिट्यूशन इज अबव एवरीथिंग एंड जिहड़ा आप दा ते रिबैल दा टोटल सरेंडर हो गया है एमएलए दे के सानूं तां स्टेटस ही नहीं पता टाइम डिवाइड करता 22 मिनट अकाली दल दे 2 घंटे कांग्रेस दे 30 मिनट आप दे 30 मिनट दा सर डिवीजन तां दस दिओ उह तां कहिंदे असीं पार्टी 'च ही नहीं असीं केजरीवाल नूं प्रधान नहीं मानदे उहनां दे किन्ने मिनट कुछ नहीं पता उन्हों का स्टेटस की कुछ नहीं पता जेड़े इस्तीफा दे गए उन्होंने मिनट किधर गए वह कुछ नहीं पता मतलब एडा इट्स सच अ क्योटिक सिचुएशन तो कितने ना कि महसूस किया जा रहा ये कोई प्रोटेक्ट करन दी कोशिश की जा रही कि कोई अंदर खाते जी रल मिल के असी गल कहने है कि गठजोड़ जोड़ा है ये हले अनाउंस तो नहीं होया मगर विधानसभा देखने शरेआम ही मिल रहा और यही गल पंजाब दे लोकां च लीडर सिर्फ इसलिए किया जा रहा कि जिहड़ी विरोधी धिर दी वोट है क्योंकि पंजाब दे लोग मुलाजम हो गए सारे वर्ग दुखी है सरकार तो वह वोट डिवाइड होकर कितने डिगनी है तो वही है कि डिवाइड होकर दस थाई डिग जाए तो वह फायदा कांग्रेस को हो जाए सिर्फ इसलिए ये विधानसभा के नियम के विधानसभा के कानून धज्जियां उड़ाई जा और जिहड़ी अफसोस की गल आ जिहड़ा असी कम रोकू मता जिहड़े टीचर साहिबाना दा अध्यापकां नाल उत्थे दो तीन इशू होए आ डेमोन्स्ट्रेशन धरना देना हर एक दा संविधानिक हक है पीसफुल डेमोन्स्ट्रेशन आप दी करन गए सी मुख्यमंत्री साहब दे जिले च गए सी ते उत्थे जिहड़ियां साडी लेडी टीचर सन साडियां तियां भैणां
उन्होंने मैन हैंडल किया गया, वीडियोग्राफिक एविडेंस है, मगर कोई कार्रवाई नहीं। तो कहते लॉ एंड ऑर्डर इन सच ए ग्रेट शेप। तीन रेप हो गए, कल फिलौर च भी हो गया, लुधियाने का इंसीडेंट भी हो गया, 27 घंटिया बाद एफ आई आर दर्ज हो रही है। वह जिहड़ा जिथे इंसीडेंट होया लुधियानवी नू किसी नू शहरी नू जाके पुछो कि उत्थे कई बारी लोकल रेजिडेंट्स ने यह मंग उठाई है नहर के आस पास कि इत्थे गश्त वध होवे, मगर वो नहीं मेडिकल करन अंदर। वजीर साहब कह रहे सी कि डाक्टरां नू असीं बड़े पूरे करते हैं, PHC सुधार सी, सुधार ते मिनी PHC मुलापुर उत्थे डाक्टर ही नहीं अवेलेबल सी ते मेडिकल नहीं हो सके। ये हालात बन गए हैं। सैशन की डेट तुसीं वधाओ ना, एंड वैन इज एन ओपोजिशन ओपोजिशन जिहड़ी ऑफिशियल पार्टी है वह तो बिकॉज उन्होंने स्टेट उन्होंने फिक्र है कि जे असी ज़्यादा बोले तो साढ़े मैंबर अड्डो अड्ड हो जाने तो साढ़े को कुर्सी नहीं बचनी। लीडर ऑफ ऑपोजिशन की मिली भुगत खेड रहे हैं, दूजियां नूं गल नहीं कीती जांदी। ये हालात नूं थोड़े को लैके आए हैं कि ऑपोजिशन के हालात नूं ऑपोजिशन के रोल नूं किवें आम आदमी पार्टी ते आ दूजे जिहड़े रिबेल ग्रुप है कॉम्प्रोमाइज कर रहे हैं वो सब दे देखण च है, उही पंजाब च। फिर बाहर जाके तो जिन्ना मर्जी रौला पा लो, अंदर तो गल ही नहीं होण दिंदे। देखो एक दो ने पटिशन फाइल की भी है, ओदा पटिशन का ही निपटारा नहीं हो रहा, करना तो स्पीकर साहब ने है ना जी। एज अ मेंबर आई थिंक इट इज अ राइट, एंड एज अ जर्नलिस्ट इट इज योर राइट टू नो कि जिन्होंने इस्तीफा देता है वॉट इज द सिचुएशन, हाउ आर यू डिवाइडिंग टाइम, हाउ इज टाइम बीइंग, हाउ इज ही स्टिल लीडर ऑफ ऑपोजिशन, बिकॉज तो रल मिल के खेड रहे हैं। स्पष्ट तो करो ना स्थिति की है। उसे तो कुछ देखो असी तो फिर कुछ ना कुछ करांगे चला नाल, मगर रौला यह है कि असी करांगे उदो पहला इन्हों का चेहरा थोड़े सामने नंगा कर दिए। जिहड़ी असी कह रहे ना मिक्सड फिक्सड मैच है, वो फिक्सड मैच किवें खेडिया जा रहा वो थोड़े सामने दसण की लोड़ है। बाद च तो फिर जो करना है असी करांगे, आपका रोल तो असी कल भी निभाया, किसानों के मुद्दे नूं लैके आए हैं। तुसी हैरान होंगे असी कोई गल चुकते हैं, वो जिहड़े वो कांग्रेसी तो घट बोलते हैं, जिहड़े साडे इधर भरा बैठे है वो 2015 की गल है तुरंगे 16 की, यार वी आर इन 2019 फॉर गॉड सेक, जाग पो, 2 साल सरकार दे हो गए, तुसीं की वी लिव इन डिनायल, की हालात बने पए आ। मतलब अज की स्थिति की गल करन लई असीं इत्थे डिबेट करन आए हाँ की गल करन आए, तुसीं तुहाडे सामने सारी हाउस की कार्रवाई अंदर वेखो की चल रही। स्पीकर साहब नूं असीं पुछदे हाँ की स्टेटस है जी, की स्टेटस है, तो वीर तो डोंट गैट एनी आंसर, इफ एनी मीडिया जर्नलिस्ट कैन गैट अस द आंसर ऑन द स्टेटस। वह कह रहे हैं कि असीं तां इस्तीफा देता, वो कह रहा मैं प्राइमरी मैंबरशिप छड़ के पार्टी नवीं बनाती है। कॉन्स्टिट्यूशन कह रहा कि कोई प्राइमरी मैंबरशिप छड़े ही सीजेस टू बी अ मैंबर। मॉरल ग्राउंड से सवाल तुसी पुछो, तुसी ये सारे थोनू कह रहे कि तुसी पुछ लो इन्हां दे मॉरल ग्राउंड कित्थे है, एथिकल ग्राउंड कित्थे है, ते की कानून की है, क्योंकि असी तो हुण थोड़े इन द डार्क हो गए हैं, कन्फ्यूज हो रहे हैं कि इत्थे वखरा ही कानून चलता है कि किहड़ा कानून चलता। अहीं तां बहुत कुछ बोलते, साडा तां गला दूजे तीजे दिन ही बह जांदा। देखो साडी साडी किसे नाल कोई निजी लड़ाई नहीं है, ये वी डोंट वांट टू मेक इट टू बी सीन एज वी एक बंदे नूं टारगेट कर रहे हैं। साडी असीं एथिकली गल कर रहे हैं भी एथिकली उन्हां नूं खुद ਜਿਹੜਾ ਕਰਨਾ ਚਾਹੀਦਾ ਹੈ। ਅਸੀਂ ਕਹੀਏ ਕਿਉਂ ਕਿ ਅਸੀਂ ਕਹਿ ਕੇ ਕੀ ਕਰਾਇਆ ਤਾਂ ਕੀ ਕਰਾਇਆ ਜੀ, ਅਸਤੀਫਾ ਦੇ ਦਿੰਦੇ ਆ ਫਿਰ ਆ ਜਾਂਦੇ ਆ ਫਿਰ ਵੀ ਜਿਹੜੀ ਗੇਮ ਖੇਡ ਰਹੇ ਤੁਹਾਡੇ ਵਰਡਸ ਦੇ ਵਿੱਚੋਂ ਤੁਸੀਂ ਕਿਵੇਂ ਦੇਖਦੇ ਹੋ? ਸਦਾ ਵੀ ਸਾਨੂੰ ਕਿ ਅਸੀਂ ਤਾਂ ਤਮਾਸ਼ਾ ਵੇਖ ਰਹੇ ਹਾਂ ਜੀ। ਨਹੀਂ ਉਹ ਤਮਾਸ਼ਾ ਕਰ ਰਹੇ, ਇਹ ਤਾਂ ਨਹੀਂ ਅੱਜ ਇਹ ਤਾਂ ਸਾਨੂੰ ਆਪ ਨਹੀਂ ਸਮਝ ਆ ਰਹੀ, ਜਿਹੜਾ ਤੁਸੀਂ ਦੱਸ ਦਿਓ ਤੁਸੀਂ ਚੈਨਲ ਨਾਲ ਅਖਬਾਰ ਨਾਲ ਸੰਬੰਧਿਤ ਹੋ, ਤੁਸੀਂ ਕਹੋ ਮੈਂ ਅਸਤੀਫਾ ਦੇਤਾ, ਸਵੇਰੇ ਜਾ ਕੇ ਫਿਰ ਆਪਦੀ ਕੁਰਸੀ ਡਾਈ ਬੈਠੇ ਹੋਗੇ ਤੇ ਐਡੀਟਰ ਵੀ ਥੋੜਾ ਕਨਫਿਊਜ਼ ਹੀ ਹੋਊਗਾ ਨਾ ਕਿ ਵਾਟ ਦ ਹੈਲ ਇਜ਼ ਗੋਇੰਗ ਓਨ। ਸਾਡਾ ਵੀ ਉਹੀ ਹਾਲ ਹੈ, ਸਾਨੂੰ ਤਾਂ ਸਟੇਟਸ ਨਹੀਂ ਸਮਝ ਆ ਰਿਹਾ ਕਿ ਕੀ ਹੈ ਇਹਨਾਂ ਦਾ ਸਟੇਟਸ। ਇਜ਼ ਹੀ
वेडेड टू द विधान सभा और इज डाइवोर्स्ड विद द विधान सभा वी डोंट नो वी आर एज कंफ्यूज्ड एज यू आर लीडर ऑफ एंड असी मैं बार बार कहां असी ता नहीं थोड़ा हले कर रहे एक्सीलेटर ते पैर नहीं धर रहे मुड़ के फिर उन्होंने साढ़े नाल दर्द होना शुरू हो जाता मगर एक्सपोज तो करिए थोनू सच्चाई तो दसीए कि रले किवें आ दाल च कुछ काला नहीं दाल सारी काली है वो पता नहीं की उत्थे उन्होंने की ਕੀਤਾ ਗਿਆ ਕਿ ਤੁਹਾਡੀ ਕੁਰਸੀ ਨਹੀਂ ਜਾਊ ਇੱਕੋ ਸ਼ਰਤ 'ਚ ਨਹੀਂ ਜਾਊ ਲੀਡਰ ਆਫ ਆਪੋਜੀਸ਼ਨ ਦੀ ਜੇ ਰਲ ਕੇ ਖੇਡੋਗੇ ਫਿਕਸਡ ਮੈਚ ਖੇਡੋਗੇ ਜੇ ਕਿਸੇ ਨੇ ਅਭੀ ਨਵੀ ਕੀਤੀ ਨਹੀਂ ਕਿ ਉਦੋਂ ਗੱਡੀ ਵੀ ਗਈ ਗਨਮੈਨ ਵੀ ਗਏ ਸਭ ਕੁਝ ਗਿਆ ਮੈਨੂੰ ਲੱਗਦਾ ਉੱਥੇ ਉਹਦੇ ਚੱਕਰ 'ਚ ਹੀ ਇਹ ਕਰਦੇ ਨਹੀਂ ਸੌ ਹੋਰ ਕੀ ਮੈਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਬਾਹਰ ਦੀ ਗੱਲ ਹੀ ਤਾਂ ਰੌਲਾ ਪਾ ਰਿਹਾ ਉਹੀ ਤਾਂ ਮੈਂ ਗੱਲ ਕਹਿ ਰਿਹਾ ਕਿ ਆਪੋਜੀਟ ਲੋਕ ਨੂੰ ਮਗਰ ਪੰਜਾਬ ਦੇ ਲੋਕ ਬੜੇ ਸਿਆਣੇ ਸਮਝ ਜਾਣਗੇ ਸਾਰੀਆਂ ਖੇਡਾਂ ਤੋਂ ਤੁਸੀਂ ਦੱਸੋ BAC ਦੀ ਮੀਟਿੰਗ 'ਚ ਢੀਂਡਸਾ ਸਾਹਿਬ ਨੇ ਇੱਕ ਵਾਰੀ ਨਹੀਂ ਆਪੋਜੀਸ਼ਨ ਮੈਂਬਰ ਲੀਡਰ ਨੂੰ ਚਾਰ ਵਾਰੀ ਕਿਹਾ ਬੋਲ ਲੈ ਕੁਛ ਆਰ ਯੂ ਸੈਟਿਸਫਾਈਡ ਵਿਦ ਦ ਟਾਈਮ ਬੋਲੇ ਹੀ ਨਹੀਂ ਆਹ ਹਾਊਸ ਦੇ ਅੰਦਰ ਬੋਲੇ ਜੀ ਉੱਠ ਕੇ ਕਿ ਟਾਈਮ ਇਜ਼ ਅਬਾਊਟ ਸੋ ਹੀ ਇਜ਼ ਜਸਟੀਫਾਈਂਗ ਕਿ ਜੋ ਸੰਵਿਧਾਨ ਨੂੰ ਬਚਾ ਲਈਏ ਕੰਸਟੀਟਿਊਸ਼ਨ ਨੂੰ ਬਚਾ ਲਈਏ ਜਿਸ ਕੰਸਟੀਟਿਊਸ਼ਨਲ ਫਰੇਮਵਰਕ 'ਚ ਅਸੀਂ ਕੰਮ ਕਰਦਾ ਉਸ ਨੂੰ ਬਚਾ ਲਈਏ ਮੈਂ ਤਾਂ ਉਹਦੀ ਗੱਲ ਕਰਦਾ ਠੀਕ ਹੈ ਲੀਡਰ ਆਫ ਆਪੋਜੀਸ਼ਨ ਦੀ ਕੋਠੀ 'ਚ ਆਮ ਆਦਮੀ ਪਾਰਟੀ ਦਾ ਆਫਿਸ ਚੱਲ ਰਿਹਾ ਹੈਗਾ ਉਹਦਾ ਸਾਰਾ ਖਰਚਾ ਜਿਹੜਾ ਵੀ ਚਾਹ ਪਾਣੀ ਰੋਟੀ ਦਾ ਹੈਗਾ ਸਰਕਾਰ ਦੇ ਰਹੀ ਹੈ ਨਹੀਂ ਚਲੋ ਦੇਖੋ ਉਹ ਤਾਂ ਹੁਣ ਉਹਨਾਂ ਦੀ ਆਪਦੀ ਮਰਜ਼ੀ ਹੈ ਆਪੋਜੀਸ਼ਨ ਲੀਡਰ ਦੀ ਕੋਠੀ ਹੈ ਉੱਥੇ ਉਹ ਕੀ ਕਰਦਾ ਨਹੀਂ ਕਰਦਾ ਉਹ ਤਾਂ ਦੇਖੋ ਅਸੀਂ ਵੀ ਨਹੀਂ ਉਸ 'ਚ ਪੈਣਾ ਚਾਹੁੰਦੇ ਪਰ ਅਸੀਂ ਗੱਲ ਕਹਿ ਰਹੇ ਹਾਂ ਪਰ ਪਾਰਟੀ ਦਾ ਆਫਿਸ ਚੱਲ ਸਕਦਾ ਅਸੀਂ ਦੇਖੋ ਮੈਂ ਉਹ ਤਾਂ ਅਸੀਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਗੱਲ ਸਿਰਫ ਇੰਨੀ ਹੈ ਵੀ ਅੱਜ ਇਹ ਕਲੀਅਰ ਹੋ ਰਿਹਾ ਵੀ ਉਹ ਆਪਦੀ ਕੁਰਸੀ ਬਚਾਉਣ ਵਾਸਤੇ ਦੋਨੇ ਜਿਹੜੇ ਸਸਪੈਂਡ ਹੋਣੇ ਨੇ ਉਹ ਵੀ ਆਪਦੇ ਆਪ ਨੂੰ ਬਚਾਉਣ ਨੂੰ ਫਿਰਦੇ ਨੇ ਲੀਡਰ ਆਫ ਆਪੋਜੀਸ਼ਨ ਵੀ ਆਪਦੀ ਕੁਰਸੀ ਉਹ ਸਾਰੇ ਕਾਂਗਰਸ ਪਾਰਟੀ ਦੇ ਦਬਾਅ ਥੱਲੇ ਉੱਥੇ ਮਤਲਬ ਜੋ ਉਹਨਾਂ ਨੂੰ ਇੱਕ ਆਪੋਜੀਸ਼ਨ ਦਾ ਰੋਲ ਹੋਣਾ ਚਾਹੀਦਾ ਉਹ ਰੋਲ ਨਹੀਂ ਅਦਾ ਹੋ ਰਿਹਾ ਇੱਕ ਕੰਸਟੀਟਿਊਸ਼ਨਲ ਕ੍ਰਾਈਸਿਸ ਹੋ ਗਿਆ ਸਮਝ ਲਓ ਜੇ ਆਪੋਜੀਸ਼ਨ ਜਿਹੜੀ ਪ੍ਰਾਇਮਰੀ ਆਪੋਜੀਸ਼ਨ ਅਤੇ ਰੂਲਿੰਗ ਪਾਰਟੀ ਜਾਂ ਰਲ ਜਾਣ ਤਾਂ ਫਿਰ ਉੱਥੇ ਕੀ ਹੋਊਗਾ ਇਹ ਖਜ਼ਾਨਾ ਖਜ਼ਾਨਾ ਤਾਂ ਪੰਜਾਬ ਦੇ ਲੋਕਾਂ ਦਾ ਨਾ ਉਹਦੀ ਲੁੱਟ ਸ਼ਰੇਆਮ ਲੁੱਟ ਕੰਸਟੀਟਿਊਸ਼ਨ ਬੀਂਗ ਉਹਦੀ ਧੱਜੀਆਂ ਉਡਾਈਆਂ ਜਾ ਰਹੀਆਂ ਉੱਥੇ ਤਾਂ ਹਾਲੇ ਕੋਈ MLA ਬਣਿਆ ਹੀ ਨਹੀਂ ਬਣ ਤਾਂ ਲੈਣ ਦਿਓ ਹਲੇ ਚੋ ਤੇ ਵਿਧਾਨ ਸਭਾ ਤੇ ਤਾਂ ਪਹੁੰਚ ਲੈਣ ਦਿਓ ਨਹੀਂ ਮਿਲਣ ਦਾ ਕੋਈ ਮਤਲਬ ਨਹੀਂ ਹੋ ਗਿਆ ਵੀ ਕੋਈ ਸਮਝੌਤਾ ਆ ਨਾਲੇ ਕਹਿ ਦਿਓ ਦੇਖੋ ਮਿਲਣ ਦਾ ਜਿਹੜਾ ਕੋਈ ਮਿਲਦੇ ਆਪਾਂ ਕਿਸੇ ਲੀਡਰ ਨੂੰ ਵੀ ਉਹਦਾ ਮਤਲਬ ਇਹ ਨਹੀਂ ਵੀ ਅਗਲੇ ਸਮਝੌਤਾ ਹੋ ਗਿਆ ਕੋਈ ਆਪਦੇ ਪਰਸਨਲ ਰਿਲੇਸ਼ਨ ਕਰਕੇ ਵੀ ਮਿਲ ਸਕਦਾ ਕੋਈ ਉਹਦਾ ਮਤਲਬ ਇਹ ਨਹੀਂ ਵੀ ਉਹਨਾਂ ਨਾਲ ਕੋਈ ਉਹ ਉਹਨਾਂ ਨੇ ਸਮਝੌਤੇ ਦੀ ਗੱਲ ਜਾਂ ਕੁਛ ਹੋਰ ਕਰਨ ਗਏ ਨੇ ਹਜੇ ਤਾਂ ਪਾਰਟੀ ਦਾ ਸਟੈਂਡ ਓਪਨਲੀ ਕਲੀਅਰ ਹੈ ਵੀ ਫਸਟ ਬਿਆਨ ਦੇ ਚੁੱਕੇ ਨੇ ਸੁਖਬੀਰ ਜੀ ਵੀ ਫਸਟ ਪ੍ਰੈਫਰੈਂਸ ਸਾਡੀ ਅਸੀਂ BJP ਨੂੰ ਹੀ ਦੇਵਾਂਗੇ ਵੀ BJP ਜੇ ਸਮਝੌਤਾ ਸੁਣ ਕਰੇ ਆਈ ਥਿੰਕ ਇਸ਼ੂ ਇਜ਼ ਰਿਗਾਰਡਿੰਗ ਵਿਧਾਨ ਸਭਾ ਇਸ਼ੂ ਇਜ਼ ਰਿਗਾਰਡਿੰਗ ਦ ਰੋਲ ਆਫ ਆਪੋਜੀਸ਼ਨ ਇਸ਼ੂ ਇਜ਼ ਰਿਗਾਰਡਿੰਗ ਪੰਜਾਬ ਦੇ ਲੋਕਾਂ ਦੇ ਮੁੱਦੇ ਦੀ ਗੱਲ ਚੁੱਕਣੀ ਇਸ਼ੂ ਇਜ਼ ਰਿਗਾਰਡਿੰਗ ਫਿਕਸਡ ਮੈਚ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਅਤੇ ਇਹਨਾਂ ਦੇ ਰਿਬੈਲ ਆਰਡਰ ਹੀ ਜਾਖੜ ਸਾਹਿਬ ਤੋਂ ਲੈ ਰਹੇ ਕਾਂਗਰਸ ਭਵਨ ਤੋਂ ਲੈ ਰਹੇ ਤਦੇ ਤਾਂ ਕੁਛ ਕਹੀ ਕੁਛ ਨਹੀਂ ਰਿਹਾ ਕੋਈ ਤੁਹਾਨੂੰ ਸਟੇਟਸ ਪਤਾ ਲੱਗ ਜਾ ਸਾਨੂੰ ਦੱਸ ਦਿਓ ਮੈਂ ਤਾਂ ਕਹਿੰਦਾ ਮਜੀਠੀਆ ਸਾਹਿਬ ਲੁਧਿਆਣਾ ਗੈਂਗਰੇਪ ਦੇ ਬਾਰੇ ਬਾਹਰ ਤਾਂ ਬਾਰ ਬਾਰ ਜ਼ਿਕਰ ਹੋ ਰਿਹਾ ਸਾਰੇ ਲੀਡਰ ਗੱਲ ਕਰ ਰਹੇ ਵਿਧਾਨ ਸਭਾ ਦੇ ਅੰਦਰ ਕਿਉਂ ਨਹੀਂ ਇਸ ਆਵਾਜ਼ ਉਹ ਯਾਰ ਅੰਦਰ ਕੋਈ ਗੱਲ ਉਹੀ ਤਾਂ ਰੌਲਾ ਕਿਉਂ ਮੰਗ ਰਹੇ ਟਾਈਮ ਜੇ ਟਾਈਮ ਵਧੂਗਾ ਤਾਂ ਸਾਰੇ ਰੌਲੇ ਆਉਣਗੇ ਵਿਧਾਨ ਸਭਾ ਦੇ ਅੰਦਰ ਅਸੀਂ ਤਾਂ ਕੰਮ ਰੋਕੂ ਮਤਾ ਲਿਆਉਂਦੇ ਅੱਜ ਰੂਲ ਦੱਸਾਂ ਕਿ ਉਹਦੇ 'ਚ ਸਾਈਡ ਕੀਤਾ ਗਿਆ ਆਹ ਕਾਪੀ ਕੱਢ ਲਿਓ 61X ਕਿ ਜਿਹੜਾ ਟੀਚਰਾਂ ਨਾਲ ਜਿਹਨੂੰ ਇੱਕ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਜਾਂ ਸਾਡੀ ਲੇਡੀਜ਼ ਨਾਲ ਬੇਪੱਤੀ ਹੋਈ ਹੈ ਇਹ ਇੱਕ ਆਮ ਕਾਨੂੰਨ ਦਾ ਮਾਮਲਾ ਹੁਣ ਲਾਠੀਚਾਰਜ ਐਵੇਂ ਤਾਂ ਹੋ ਨਹੀਂ ਗਿਆ ਮੁੱਖ ਮੰਤਰੀ ਸਾਹਿਬ ਦੇ ਹੁਕਮ ਨਾਲ ਹੀ ਹੋਇਆ ਹੋਣਾ ਉਹਨਾਂ ਦੇ ਘਰ ਦੇ ਅੱਗੇ ਹੋ ਰਿਹਾ ਉਸ ਤੋਂ ਹੋਮ ਮਿਨਿਸਟਰ ਇਹ ਉਹ ਟੀਚਰ ਕਹਿ ਰਹੇ ਗੱਲ
ਜਦੋਂ ਮਰਜ਼ੀ ਕਰਨ ਜੀ ਉਹਨਾਂ ਦਾ ਉਹਨਾਂ ਨੂੰ ਪੱਕੇ ਕਰ ਦੇਣ, ਉਹਨਾਂ ਨੂੰ 15,000 ਜਿਹੜੀ ਕੇਸ ਵਾਪਸ ਕਰ ਦੇਣ, ਜਿਹਨਾਂ ਨੇ ਧੱਕਾ ਕੀਤਾ ਉਹਨਾਂ ਦੇ ਕੇਸ ਦਰਜ ਕਰ ਦੇਣ, ਉਹਨਾਂ ਨੂੰ ਪੱਕੇ ਕਰ ਦੇਣ ਤੇ ਗੱਲ ਮੁੱਕੇ। ਉਹ ਤਾਂ 2 ਸਾਲ ਦੇ ਸੁਣ ਰਹੇ, ਹਾਲੇ ਤੱਕ ਤਾਂ ਮਿਲੇ ਨੀ। ਦੇਖੋ ਅੱਜ ਜਦ ਅਸੀਂ ਇਹ ਵਾਕਆਊਟ ਕੀਤਾ, ਜਿੱਥੇ ਟੀਚਰ ਦਾ ਇੱਕ ਸਪੈਸੀਫਿਕ ਮਸਲਾ ਸੀ, ਉੱਥੇ ਸਾਰੇ ਜਿਹੜੇ ਮੁਲਾਜ਼ਮ ਵਰਗ ਹੈ ਉਹਨਾਂ ਦਾ ਮਸਲਾ ਵੀ ਵਿੱਚ ਹੈ। ਅਸੀਂ ਬਜਟ ਸੈਸ਼ਨ ਅਤੇ ਬੈਸਟ ਬਜਟ 'ਤੇ ਮੈਂ ਕੁਸ਼ਚਨ ਵੀ ਲਾਏ ਨੇ ਉਹਨਾਂ ਦੇ, ਜਿਹੜੀਆਂ ਬੇਸਿਕਲੀ ਡਿਮਾਂਡਸ ਕੀ ਨੇ, ਪੇ ਕਮਿਸ਼ਨ ਦੀ ਹੋ ਗਈ, DA ਦੀ ਹੋ ਗਈ, DA ਦੇ ਏਰੀਅਰਸ ਦੀ ਹੋ ਗਈ, ਉਹ ਸਾਰੇ ਸਵਾਲ ਅਸੀਂ ਲਾਏ ਹੋਏ ਨੇ। ਹੁਣ ਨਹੀਂ ਲਾਏ, ਲਗਾਤਾਰ 3 ਸੈਸ਼ਨਾਂ ਤੋਂ ਅਸੀਂ ਉਹਨਾਂ ਦਾ ਮੈਟਰ ਟੇਕਅਪ ਕਰ ਰਹੇ ਹਾਂ, ਪਰ ਸਰਕਾਰ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ। ਤਾਂ ਹੀ ਅਸੀਂ ਅੱਜ ਵੀ ਕਿਹਾ ਵੀ ਅਸੀਂ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਮਸਲਿਆਂ 'ਤੇ ਮੁਲਾਜ਼ਮਾਂ ਦੇ ਨਾਲ ਖੜ੍ਹੇ ਹਾਂ, ਇਹ ਸਾਰੀਆਂ ਮੰਗਾਂ ਮੰਨੀਆਂ ਜਾਣ। ਅਤੇ ਨਾਲ ਹੀ ਜਿਹੜਾ ਅਸੀਂ ਐਕਟ ਬਣਾਇਆ ਸੀਗਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ, ਉਹ ਐਕਟ ਨੂੰ ਲਾਗੂ ਕੀਤਾ ਜਾਵੇ। ਜੇ ਉਹ ਐਕਟ ਹੀ ਲਾਗੂ ਕਰ ਦੇਣ ਤਾਂ ਸਾਰਾ ਅੱਧਾ ਝੰਜਟੀ ਟੀਚਰਾਂ ਦਾ ਖਤਮ ਹੋ ਜਾਏਗਾ, ਕੋਈ ਇਹ ਮਸਲਾ ਹੀ ਨਹੀਂ ਰਹਿਣਾ। ਇਹ ਤਾਂ ਸਰਕਾਰ ਹੀ ਜਿਹੜੀ ਹੈ ਇਹ ਜਾਣਬੁੱਝ ਕੇ ਉਹ ਕਰ ਰਹੀ ਹੈ। ਅਸੀਂ ਸਾਰੀਆਂ ਮੰਗਾਂ ਅਸੀਂ ਆਪਦੇ ਪੱਧਰ 'ਤੇ ਰੈਗੂਲਰਲੀ, ਤੁਸੀਂ ਪ੍ਰੈਸ 'ਚ ਵੀ ਦੇਖਿਆ ਅਸੀਂ ਕਿੰਨੀ ਵਾਰ ਚੱਕੀਆਂ, ਅਸੀਂ ਉਹਨਾਂ ਨੂੰ ਮਿਲ ਕੇ ਵੀ ਮੁਲਾਜ਼ਮਾਂ ਨੂੰ ਬੁਲਾਇਆ ਵੀ ਹੈ, ਉਹਨਾਂ ਨਾਲ ਵੀ ਅਕਾਲੀ ਦਲ ਨੇ ਦਫ਼ਤਰ 'ਚ ਮੀਟਿੰਗ ਕੀਤੀ ਹੈ ਮੁਲਾਜ਼ਮ ਜਥੇਬੰਦੀਆਂ ਦੀ, ਉਹਨਾਂ ਦੇ ਮਸਲਿਆਂ ਦੀਆਂ। ਸੋ ਅਸੀਂ ਉਹਨਾਂ ਦੇ ਨਾਲ ਬਿਲਕੁਲ ਉਹਨਾਂ ਦੀ ਮੰਗਾਂ 'ਤੇ ਉਹਨਾਂ ਦੇ ਨਾਲ ਖੜ੍ਹੇ ਹਾਂ ਅਤੇ ਉਹਨਾਂ ਦੇ ਨਾਲ ਸਮਰਥਨ ਕਰਾਂਗੇ। ਨਹੀਂ, ਅਸੀਂ ਦੇਖੋ ਸਾਲ ਪਹਿਲਾਂ ਬਣਾਇਆ ਸੀਗਾ ਉਹਨੂੰ, ਕਮਿਸ਼ਨ ਨੂੰ 1.5-2 ਸਾਲ ਤਾਂ ਲੱਗਦੀ ਹੈ ਨਾ ਰਿਪੋਰਟ ਪੇਸ਼ ਕਰਨ ਨੂੰ। ਜੇ ਆਪਾਂ ਕਹੀਏ ਵੀ ਨਾਲ ਦੀ ਨਾਲ ਹੀ ਮਿਨੀਮਮ 1.5-2 ਸਾਲ ਦਾ ਸਮਾਂ ਹੁੰਦਾ ਜਿਹੜਾ ਰਿਪੋਰਟ ਬਣਾਉਣੀ ਅਤੇ ਪੇਸ਼ ਕਰਨ ਦੀ ਹੈ, ਹੁਣ ਤਾਂ 3 ਸਾਲ ਤੋਂ 3.5 ਸਾਲ ਹੋ ਗਏ। ਹੁਣ ਤੱਕ ਦੀਆਂ ਸਾਰੀਆਂ ਪੇ ਕਮਿਸ਼ਨਾਂ ਜਿਹੜੀਆਂ ਨੇ ਉਹ ਅਕਾਲੀ ਦਲ ਨੇ ਲਾਗੂ ਕੀਤੀਆਂ, ਇਹ ਵੀ ਰਿਕਾਰਡ ਦਾ ਹਿੱਸਾ ਹੈ। ਸਾਰੀ ਪੇ ਕਮਿਸ਼ਨ ਦੀਆਂ ਰਿਪੋਰਟਸ ਅਕਾਲੀ ਦਲ ਲਾਗੂ ਕੀਤੀਆਂ, ਕਾਂਗਰਸ ਨੇ ਇੱਕ ਵੀ ਨਹੀਂ ਕੀਤੀ। 4,000 ਕਰੋੜ ਉਹਨਾਂ ਦਾ ਡਿਊ ਹੈ ਜੀ DA ਦਾ, PF ਨਹੀਂ ਮਿਲ ਰਿਹਾ, ਉਹ ਦਿੰਦੇ ਕਿਉਂ ਨਹੀਂ? When will all the discussion happen? Leader of opposition ਦਾ ਸਰੈਂਡਰ ਕਰਕੇ 22% DA, 22% DA ਜਿਹੜਾ ਡਿਊ ਹੈ ਉਹਨਾਂ ਦਾ ਦੇਣਾ, ਕਿੰਨੀ ਵੱਡੀ ਅਮਾਊਂਟ ਬਣਦੀ। ਨਹੀਂ, ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਇਹਨਾਂ ਦੇ ਆਪਦੇ ਫਾਈਨੈਂਸ ਮਿਨਿਸਟਰ ਸਾਹਿਬ ਕਦੇ ਕੁਛ ਕਹਿੰਦੇ ਨੇ, ਕਦੇ ਕੁਛ ਕਹਿੰਦੇ, ਕਿਤੇ ਤਾਂ ਕਹਿੰਦੇ ਸਾਡੇ ਹਾਲਾਤ ਬੜੇ ਵਧੀਆ ਹੋ ਗਏ, ਕਿਤੇ ਕਹਿੰਦੇ ਨੇ ਸਾਡਾ ਖਜ਼ਾਨਾ ਖਾਲੀ ਹੈ। ਹਿੰਦੀ 'ਚ ਬੋਲਦੇ, ਹਿੰਦੀ 'ਚ ਰਾਹੁਲ ਗਾਂਧੀ ਕੋ ਵੀ ਪਤਾ ਹੈ, ਯੇ ਰਾਹੁਲ ਗਾਂਧੀ ਔਰ ਕੇਜਰੀਵਾਲ ਕਾ ਫਿਕਸਡ ਮੈਚ ਕੇ ਪੰਜਾਬ ਮੇ ਵੀ ਚੱਲ ਰਿਹਾ ਹੈ, ਦਿੱਲੀ ਮੇ ਵੀ ਚੱਲ ਰਿਹਾ ਹੈ, ਯੇ ਤੋ ਸਭ ਜਗ ਜਾਹਿਰ ਹੈ, ਦੇਸ਼ ਮੇ ਵੀ ਚੱਲ ਰਿਹਾ, ਦੇਸ਼ ਮੇ ਵੀ ਚੱਲ ਰਿਹਾ ਹੈ, ਪੰਜਾਬ ਵਿਧਾਨ ਸਭਾ ਮੇ ਵੀ ਫਿਕਸਡ ਮੈਚ ਚੱਲ ਰਿਹਾ ਹੈ। ਐਸੇ ਹੋ ਰਿਹਾ ਕਿ ਜੋ ਕਾਂਗਰਸ ਭਵਨ ਸੇ ਪ੍ਰੋਗਰਾਮ ਫਾਈਨਲ ਹੋ ਕੇ ਆਤਾ ਹੈ, ਵੈਸੇ ਯੇ ਲੀਡਰ ਆਫ ਆਪੋਜੀਸ਼ਨ ਔਰ ਵੋ ਜੋ ਦੂਸਰੇ ਇਨਕੇ MLA ਹੈ ਬਾਕੀ, ਵੋ ਆਪਣਾ ਰੋਲ ਅਦਾ ਕਰਤੇ, ਨਹੀਂ ਤੋ ਕੋਈ ਅਸਤੀਫਾ ਦੇ ਜੇ। ਕੌਨਸਟੀਟਿਊਸ਼ਨ ਬੜਾ ਕਲੀਅਰ ਹੈ, ਨਾਨ ਵਾਸ ਆਫ ਆਫ ਦਾ ਕੌਨਸਟੀਟਿਊਸ਼ਨ, ਕੌਨਸਟੀਟਿਊਸ਼ਨ ਇਜ਼ ਫੋਰ ਐਵਰ, ਉਸਕੀ ਧੱਜੀਆਂ ਉਡਾਈਆਂ ਜਾ ਰਹੀਆਂ। ਸਾਰਾ ਕੁਛ LOP ਕੀ ਕੁਰਸੀ ਬਚਾਨੇ ਕੇ ਲੀਏ ਫਿਕਸਡ ਮੈਚ ਚੱਲ ਰਿਹਾ, ਔਰ ਕੁਛ ਨਹੀਂ ਹੈ। ਕਾਂਗਰਸ ਕੇ ਸਾਥ ਗਠਜੋੜ ਹੀ ਇਸ ਬਾਤ ਕਾ ਚੱਲ ਰਿਹਾ ਹੈ ਕਿ ਹਮਾਰੇ 7 MLA ਹਮਸੇ ਅਲਗ ਹੋ ਗਏ ਹੈ, 3 ਅਸਤੀਫਾ ਦੇ ਗਏ, ਆਪਨੇ ਕਿਸੀ ਕਾ ਅਸਤੀਫਾ ਪ੍ਰਵਾਨ ਨਹੀਂ ਕਰਨਾ, ਯੇ ਸਾਥ ਕੋ ਮਾਨਨਾ ਨਹੀਂ ਅਲਗ ਹੈ, ਔਰ ਹਮਾਰੀ ਲੀਡਰ ਆਫ ਆਪੋਜੀਸ਼ਨ ਕੀ ਕੁਰਸੀ ਬਚਾਈ ਰੱਖਣਾ, ਹਮ ਆਪਕੇ ਸਾਥ ਰਲ ਕੇ ਖੇਲੇਂਗੇ, ਫਿਕਸਡ ਮੈਚ ਖੇਲੇਂਗੇ, ਅਕਾਲੀਓ ਕੋ ਘੇਰੇਂਗੇ, BJP ਕੋ ਘੇਰੇਂਗੇ, ਇਕੱਠੇ ਰਹੇਂਗੇ, ਇਕੱਠੇ ਮੌਜ ਕਰੇਂਗੇ, ਐਕਸਚੇਕਰ ਕੋ ਲੁੱਟੇਂਗੇ।